ਪੰਜਾਬ ਦੀ ਨਸ਼ੇੜੀ ਪੁਲਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਜੋ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ ਉਹ ਕਿੰਨੀ ਨਸ਼ੇ ਦੇ ਜਾਲ ਵਿੱਚ ਫਸੀ ਹੋਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਜਾਬ ਪੁਲਿਸ ਦੀ ਨਸ਼ੇੜੀ ਵੀਡੀਓ ਦਾ ਸੱਚ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਆਰੋਪੀ ਪੁਲਿਸ ਕਰਮੀਆਂ ਦੀ ਪਹਿਚਾਣ ਹੋ ਗਈ ਹੈ ਅਤੇ ਉਹਨਾਂ ਉੱਪਰ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ। ਮੁਲਾਜ਼ਮ ਵੇਖੋ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਕ ਪੀਣ ਦੇ। ਇਹਨਾਂ ਨੇ ਸਮੈਕ ਭਜਾਈ ਕਿਉਂ ਗੱਡੀ ਉਹ ਗੱਡੀ ਦੇ ਕੋਲ ਉਹ ਗੱਡੀ ਦੇ ਕੋਲ ਜਿਹਦੇ ਰਿਜ਼ਲਟਸ ਆਉਣ ਕਰਕੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਮਨਜ਼ੂਰੀ ਲੈ ਕੇ ਇਹਨਾਂ ਦੇ ਖਿਲਾਫ ਇੱਕ ਪਰਚਾ ਰਜਿਸਟਰ ਕੀਤਾ ਗਿਆ। 147 ਨੰਬਰ ਪਰਚਾ ਹੈ ਥਾਣੇ ਜੰਡਿਆਲੇ ਦਾ। ਇਹ ਦੋ ਮੁਲਾਜ਼ਮਾਂ ਨੂੰ ਜੁਡੀਸ਼ੀਅਲ ਕੋਰਟ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਭੇਜ ਦਿੱਤਾ ਗਿਆ। ਇੱਕ ASI ਰੈਂਕ ਦਾ ਅਤੇ ਇੱਕ ਹੈੱਡ ਕਾਂਸਟੇਬਲ ਜੀ, ਟ੍ਰੈਫਿਕ ਮੁਲਾਜ਼ਮ ਸੀ। ਇੱਕ ਵਾਰੀ ਸਸਪੈਂਸ਼ਨ ਦੇ ਅੰਡਰ ਸਸਪੈਂਸ਼ਨ ਨੇ ਦੋਨੋਂ ਜੀ। ਰੈਂਡਮ ਚੈਕਿੰਗ ਚੱਲਦੀ ਹੈ, ਬਾਕੀ ਇਹਨਾਂ ਦੇ ਐਨੁਅਲ ਮੈਡੀਕਲ ਹੁੰਦੇ ਨੇ ਜਿਨ੍ਹਾਂ ਵਿੱਚ ਅਗਰ ਕੋਈ ਵੀ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਜਿਹੜੀ ਹੈਗੀ ਸੀਨੀਅਰ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਕੀਤੀ ਜਾਂਦੀ ਹੈ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।